ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਫਲਗੁਣ ਆਨੰਦ ਉਪਾਰਜਨਾ, ਹਰ ਸੱਜਣ ਪ੍ਰਗਟੇ ਆਏ, ਸੰਤ ਸਹਾਈ ਰਾਮ ਕੇ, ਕਰ ਕਿਰਪਾ ਦੀਆ ਮਿਲਾਏ। ਫਲਗੁਣ ਆਨੰਦ ਉਪਾਰਜਨਾ, ਹਰ ਸੱਜਣ ਪ੍ਰਗਟੇ ਆਏ, ਸੰਤ ਸਹਾਈ ਰਾਮ ਕੇ, ਕਰ ਕਿਰਪਾ ਦੀਆ ਮਿਲਾਏ। ਸੇਜ ਸੁਹਾਵੀ ਸਰਬ ਸੁਖ, ਹੁਣ ਦੁਖਾ ਨਾਹੀ ਜਾਏ, ਇਛ ਭੁੰਨੀ ਵਡ ਭਾਗਣੀ, ਵਰ ਪਾਇਆ ਹਰ ਰਾਏ। ਮਿਲ ਸਹੀਆ ਮੰਗਲ ਗਾਵਹੀ, ਗੀਤ ਗੋਵਿੰਦ ਅਲਾਏ, ਹਰ ਜੇਹਾ ਅਵਰ ਨਾ ਦਿਸਈ, ਕੋਈ ਦੂਜਾ ਲਵੈ ਨਾ ਲਾਏ। ਹਲਤ ਪਲਤ ਸਵਾਰੀਓਨ, ਨਹਿਚਲ ਦਿੱਤੀਅਨ ਜਾਏ, ਸੰਸਾਰ ਸਾਗਰ ਤੇ ਰੱਖੀਅਨ, ਬਹੁ ਹੁੜ ਨਾ ਜਨਮੈ ਤਾਏ। ਜੇਵਾ ਏਕ ਅਨੇਕ ਗੁਣ ਤਰੇ, ਨਾਨਕ ਚਰਣੀ ਪਾਏ, ਫਲਗੁਣ ਨਿਤ ਸਲਾਹੀਐ, ਜਿਸ ਨਉ ਤਿਲ ਨਾ ਤਮਾਏ। ਜਿਹਵਾ ਏਕ ਅਨੇਕ ਗੁਣ ਤਰੇ, ਨਾਨਕ ਚਰਣੀ ਪਾਏ, ਫਲਗੁਣ ਨਿਤ ਸਲਾਹੀਐ, ਜਿਸਨੋ ਤਿਲ ਨਾ ਤਮਾਏ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਆਓ ਹੁਣ ਸਗਰਾਂਦ ਫਲਗੁਣ ਦੇ ਸੁੰਦਰ ਉਪਦੇਸ਼ ਦੇ ਅਰਥ ਸਰਵਣ ਕਰੀਏ। ਮਹਾਰਾਜ ਜੀ ਫਰਮਾਉਂਦੇ ਹਨ, ਸਿਆਲੀ ਰੁੱਤ ਦੀ ਕਰੜੀ ਸਰਦੀ ਪਿੱਛੋਂ ਬਾਹਰ ਫਿਰਨ ਤੇ ਫੱਗਣ ਦੇ ਮਹੀਨੇ ਵਿੱਚ ਲੋਕ ਰੰਗ ਤਮਾਸ਼ਿਆਂ ਦੀ ਰਾਹੀਂ ਖੁਸ਼ੀਆਂ ਮਾਣਦੇ ਹਨ, ਪਰ ਫੱਗਣ ਵਿੱਚ ਉਹਨਾਂ ਜੀਵ ਇਸਤਰੀਆਂ ਦੇ ਅੰਦਰ ਆਤਮਕ ਆਨੰਦ ਪੈਦਾ ਹੁੰਦਾ ਹੈ, ਜਿਨ੍ਹਾਂ ਦੇ ਹਿਰਦੇ ਵਿੱਚ ਸੱਜਣ ਹਰੀ ਪ੍ਰਤੱਖ ਆ ਵਸਦਾ ਹੈ। ਪਰਮਾਤਮਾ ਨਾਲ ਮਿਲਣ ਵਿੱਚ ਸਹਾਇਤਾ ਕਰਨ ਵਾਲੇ ਸੰਤ ਜਨ ਮਿਹਰ ਕਰਕੇ ਉਹਨਾਂ ਨੂੰ ਪ੍ਰਭੂ ਨਾਲ ਜੋੜ ਦਿੰਦੇ ਹਨ। ਉਹਨਾਂ ਦੀ ਹਿਰਦਾ ਸੇਜ ਸੁੰਦਰ ਬਣ ਜਾਂਦੀ ਹੈ। ਉਹਨਾਂ ਨੂੰ ਸਾਰੇ ਹੀ ਸੁੱਖ ਪ੍ਰਾਪਤ ਹੋ ਜਾਂਦੇ ਹਨ। ਫਿਰ ਦੁੱਖਾਂ ਲਈ ਉਹਨਾਂ ਦੇ ਹਿਰਦੇ ਵਿੱਚ ਕਿਤੇ ਰਤਾ ਥਾਂ ਨਹੀਂ ਰਹਿ ਜਾਂਦੀ। ਉਹਨਾਂ ਵਡਭਾਗਣ ਜੀਵ ਇਸਤਰੀਆਂ ਦੀ ਮਨੋਕਾਮਨਾ ਪੂਰੀ ਹੋ ਜਾਂਦੀ ਹੈ। ਉਹਨਾਂ ਨੂੰ ਹਰੀ ਪ੍ਰਭੂ ਖਸਮ ਮਿਲ ਪੈਂਦਾ ਹੈ। ਉਹ ਸਤਸੰਗੀ ਸਹੇਲੀਆਂ ਨਾਲ ਰਲ ਕੇ ਗੋਵਿੰਦ ਦੀ ਸਿਫਤ ਸਲਾਹ ਦੇ ਗੀਤ ਅਲਾਪ ਕੇ ਆਤਮਕ ਆਨੰਦ ਪੈਦਾ ਕਰਨ ਵਾਲੀ ਗੁਰਬਾਣੀ ਗਾਉਂਦੀਆਂ ਹਨ। ਪਰਮਾਤਮਾ ਵਰਗਾ ਕੋਈ ਹੋਰ, ਉਸ ਦੀ ਬਰਾਬਰੀ ਕਰ ਰੱਖਣ ਵਾਲਾ ਕੋਈ ਦੂਜਾ ਉਹਨਾਂ ਨੂੰ ਕਿਤੇ ਦਿਸਦਾ ਹੀ ਨਹੀਂ।
ਉਸ ਪਰਮਾਤਮਾ ਨੇ ਉਹਨਾਂ ਸੰਤ ਸੰਗੀਆਂ ਦਾ ਲੋਕ ਪਰਲੋਕ ਸਵਾਰ ਦਿੱਤਾ ਹੈ। ਉਹਨਾਂ ਨੂੰ ਆਪਣੇ ਚਰਨਾਂ ਵਿੱਚ ਲਿਵ ਲੀਨਤਾ ਵਾਲੀ ਐਸੀ ਥਾਂ ਬਖਸ਼ੀ ਹੈ ਜੋ ਕਦੇ ਡੋਲਦੀ ਹੀ ਨਹੀਂ। ਪ੍ਰਭੂ ਨੇ ਸੰਸਾਰ ਸਮੁੰਦਰ ਤੋਂ ਉਹਨਾਂ ਨੂੰ ਹੱਥ ਦੇ ਕੇ ਰੱਖ ਲਿਆ ਹੈ। ਜਨਮਾਂ ਦੇ ਗੇੜ ਵਿੱਚ ਮੁੜ ਉਹਨਾਂ ਦੀ ਦੌੜ ਭੱਜ ਨਹੀਂ ਹੁੰਦੀ। ਹੇ ਨਾਨਕ, ਸਾਡੀ ਇੱਕ ਜੀਵ ਹੈ, ਪ੍ਰਭੂ ਦੇ ਅਨੇਕਾਂ ਹੀ ਗੁਣ ਹਨ, ਅਸੀਂ ਉਹਨਾਂ ਨੂੰ ਬਿਆਨ ਕਰਨ ਜੋਗੇ ਨਹੀਂ ਹਾਂ, ਪਰ ਜਿਹੜੇ ਜੀਵ ਉਸ ਦੇ ਚਰਨੀ ਪੈਂਦੇ ਹਨ, ਉਸ ਦਾ ਆਸਰਾ ਤੱਕਦੇ ਹਨ, ਯਕੀਨ ਜਾਣੋ ਉਹ ਸੰਸਾਰ ਸਮੁੰਦਰ ਤੋਂ ਤਰ ਜਾਂਦੇ ਹਨ। ਫੱਗਣ ਦੇ ਮਹੀਨੇ ਦੇ ਵਿੱਚ ਸਦਾ ਉਸ ਪਰਮਾਤਮਾ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ ਜਿਸ ਨੂੰ ਆਪਣੀ ਵਡਿਆਈ ਕਰਾਉਣ ਦਾ ਰਤਾ ਭਰ ਵੀ ਲਾਲਚ ਨਹੀਂ ਹੈ, ਇਸ ਵਿੱਚ ਸਗੋਂ ਸਾਡਾ ਹੀ ਭਲਾ ਹੈ। ਸੋ ਇਸ ਤਰ੍ਹਾਂ ਫੱਗਣ ਦੀ ਸੰਗਰਾਂਦ ਸਾਡੇ ਸਾਰਿਆਂ ਦੇ ਜੀਵਨ ਦੇ ਵਿੱਚ ਖੁਸ਼ੀਆਂ ਲੈ ਕੇ ਆਵੇ। ਸਭ ਦੇ ਦੁੱਖ, ਰੋਗ, ਸੋਗ, ਬਿਮਾਰੀ, ਦਰਿੱਦਰ ਦੂਰ ਹੋਣ। ਮਹਾਰਾਜ ਐਸੀ ਕਿਰਪਾ ਕਰਨ ਕਿ ਸਾਨੂੰ ਫਲਗੁਣ ਦੀ ਸੰਗਰਾਂਦ ਭਾਗਾਂ ਵਾਲੀ ਹੋਵੇ ਅਤੇ ਕਾਮ, ਕ੍ਰੋਧ, ਲੋਭ, ਮੋਹ, ਵਿਕਾਰ, ਰਾਗ, ਦਵੇਸ਼, ਨਿੰਦਿਆ, ਈਰਖਾ ਤੋਂ ਬਚਾ ਕੇ ਮਹਾਰਾਜ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ਣ, ਗੁਰਮੁਖ ਨਾਮ ਦਾਨ ਇਸ਼ਨਾਨ ਅਤੇ ਅੰਮ੍ਰਿਤ ਵੇਲੇ ਦੇ ਇਸ਼ਨਾਨ ਬਖਸ਼ਣ ਅਤੇ ਅਸੀਂ ਗੁਰਬਾਣੀ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਫਲ ਕਰ ਸਕੀਏ। ਗੁਰੂ ਨਾਨਕ ਮਹਾਰਾਜ ਬਹੁਤ ਹੀ ਬੇਅੰਤ ਹਨ, ਉਹਨਾਂ ਨੇ ਸਾਡੀ ਅਜੇ ਤੱਕ ਲਾਜ ਰੱਖੀ ਹੈ ਅਤੇ ਅੱਗੇ ਵੀ ਸਾਡੀ ਲਾਜ ਰੱਖਣਗੇ। ਸੋ ਇਸ ਕਰਕੇ ਆਪਣਾ ਅੰਮ੍ਰਿਤ ਵੇਲਾ ਸੰਭਾਲ ਕੇ ਅਸੀਂ ਗੁਰੂ ਮਹਾਰਾਜ ਦੀ ਗੁਰਬਾਣੀ ਨਾਲ ਜੁੜੀਏ, ਕਿਉਂਕਿ ਮਹਾਰਾਜ ਫਰਮਾਨ ਕਰਦੇ ਹਨ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਸੰਸਾਰ ਦੇ ਸਾਰੇ ਜੋ ਸੁੱਖ ਹਨ ਉਹ ਗੁਰਬਾਣੀ ਵਿੱਚ ਹੀ ਸੁਭਾਇਮਾਨ ਹਨ, ਸਿਰਫ ਗੁਰਬਾਣੀ ਨੂੰ ਵਿਚਾਰਨ ਅਤੇ ਸਮਝਣ ਦੀ ਲੋੜ ਹੈ। ਸੋ ਇਸ ਕਰਕੇ ਮਹਾਰਾਜ ਸਾਡੇ ਸਿਰਾਂ 'ਤੇ ਮੇਰ ਪਰ ਹੱਥ ਰੱਖ ਕੇ ਆਪਣੇ ਚਰਨਾਂ ਨਾਲ ਜੋੜ ਕੇ ਰੱਖਣ, ਅਸੀਂ ਆਪਣਾ ਨਿਤਨੇਮ ਸੰਭਾਲੀਏ, ਜਿੰਨਾ ਵੀ ਸਾਨੂੰ ਸਮਾਂ ਮਿਲੇ ਇੱਕ ਜਪਜੀ ਸਾਹਿਬ, ਸੁਖਮਨੀ ਸਾਹਿਬ ਪਾਠ, ਆਸਾ ਦੀ ਵਾਰ, ਗੁਰਮੰਤਰ, ਮੂਲ ਮੰਤਰ, ਆਸਾ ਦੀ ਵਾਰ, ਰਰਾ ਸਾਹਿਬ, ਸੁਹੇਲਾ ਸਾਹਿਬ, ਜਾਪ ਸਾਹਿਬ, ਆਨੰਦ ਸਾਹਿਬ, ਇੰਨਾ ਕੁਛ ਮਹਾਰਾਜ ਨੇ ਸਾਨੂੰ ਸਾਡੇ ਜੀਵਨ ਦੇ ਭਲੇ ਲਈ ਬਖਸ਼ਿਆ ਹੈ। ਜਦੋਂ ਵੀ ਸਮਾਂ ਮਿਲੇ ਗੁਰਬਾਣੀ ਦਾ ਪਾਠ ਅਸੀਂ ਜ਼ਰੂਰ ਕਰੀਏ। ਮਹਾਰਾਜ ਕਿਰਪਾ ਕਰਨ, ਸਭ ਦਾ ਭਲਾ ਕਰਨ। ਆਪ ਜੀ ਨੂੰ ਜੇ ਇਹ ਵੀਡੀਓ ਪਸੰਦ ਆਈ ਹੋਵੇ ਤਾਂ ਕਿਰਪਾ ਕਰਕੇ ਗੁਰਬਾਣੀ ਕੀਰਤਨ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਅਤੇ ਜੇ ਸਬਸਕ੍ਰਾਈਬ ਕੀਤਾ ਹੋਇਆ ਤਾਂ ਬੈਲ ਆਈਕਨ ਵੀ ਜ਼ਰੂਰ ਦਬਾਓ। ਇਹ ਗੁਰਬਾਣੀ ਦੀ ਜੋ ਵੀਡੀਓ ਹੈ ਸਭ ਨਾਲ ਸਾਂਝੀ ਕਰੋ ਤਾਂ ਕਿ ਸਾਰੀ ਸੰਗਤ ਗੁਰਬਾਣੀ ਨਾਲ ਜੁੜ ਕੇ, ਸਮੂਹ ਦੀ ਗੁਰਬਾਣੀ ਨਾਲ ਜੁੜ ਸਕਣ ਅਤੇ ਆਪਣਾ ਜੀਵਨ ਸਫਲ ਕਰ ਸਕਣ। ਸੋ ਇਸ ਤਰ੍ਹਾਂ ਭਾਗਾਂ ਵਾਲੀ ਸੰਗਰਾਂਦ ਸਾਡੇ ਸਾਰਿਆਂ ਦੇ ਜੀਵਨ ਦੇ ਵਿੱਚ ਖੁਸ਼ੀਆਂ ਲੈ ਕੇ ਆਵੇ, ਸੁੱਖ ਲੈ ਕੇ ਆਵੇ। ਹੇ ਮਹਾਰਾਜ, ਆਪ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਹੈ, ਬਾਣੀ ਪੜ੍ਹਦਿਆਂ ਸੁਣਦਿਆਂ ਭੁੱਲ ਚੁੱਕ ਹੋ ਗਈ ਹੋਵੇ ਸੱਚੇ ਪਾਤਸ਼ਾਹ, ਅੱਖਰ ਵਾਧਾ ਘਾਟਾ ਹੋ ਗਿਆ ਹੋਵੇ, ਮਨ ਬਹੁਤ ਭਟਕ ਗਿਆ ਸੱਚੇ ਪਾਤਸ਼ਾਹ ਮਹਾਰਾਜ, ਪਰ ਆਪ ਜੀ ਕਿਰਪਾ ਕਰਕੇ ਅੱਗੇ ਤੋਂ ਸ਼ੁੱਧ ਅਤੇ ਸਪਸ਼ਟ ਬਾਣੀ ਪੜ੍ਹਨ ਦੇ
ਬਲ ਬਖਸ਼ਣੇ ਅਤੇ ਸਭ ਦਾ ਜੀਵਾਂ ਦਾ ਭਲਾ ਕਰਨਾ। ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।